ਲਗਾਤਾਰ ਜਿੰਨੇ ਵੀ ਕੋਚਿੰਗ ਸੈਂਟਰ ਨੇ, ਖਾਸ ਤੌਰ ਤੇ ਜਿਹਨੇ ਬੇਸਮੈਂਟ ਤੇ ਹੈ ਜਾਂ ਫਿਰ ਜਿਹੜੇ ਵੀ ਕੋਚਿੰਗ ਸੈਂਟਰ ਹੈ, ਉਹਨਾਂ ਦੀ ਹੁਣ ਚੈੱਕ ਕੀਤਾ ਜਾ ਰਿਹਾ, ਪੁਲਿਸ ਵੱਲੋਂ ਰਿਐਲਿਟੀ ਚੈੱਕ ਕੀਤਾ ਜਾ ਰਿਹਾ ਕਿ ਕਿਸ ਤਰ੍ਹਾਂ ਦੀ ਪ੍ਰੀਕੋਸ਼ਨ ਜਿਹੜੀ ਹੈ ਉਹ ਰੱਖੀ ਗਈ ਹੈ, ਕਿਸ ਤਰ੍ਹਾਂ ਦੀ ਸਾਵਧਾਨੀ, ਕਿਉਂਕਿ ਬੱਚਿਆਂ ਦਾ ਮਾਮਲਾ ਹੈ ਜੋ ਕਿ ਕੋਚਿੰਗ ਸੈਂਟਰ ਚ ਕੋਚਿੰਗ ਕਰਦੇ ਹੈ, ਕੋਚਿੰਗ ਕਰਕੇ ਕਿਸ ਤਰ੍ਹਾਂ ਦਾ ਉਹਨਾਂ ਦਾ ਜਿਹੜੀ ਸੇਫਟੀ ਦਾ ਧਿਆਨ ਰੱਖਿਆ ਗਿਆ, ਫਾਇਰ ਐਕਸਟਿੰਗਸ਼ਰ ਹੈਗੇ ਜਾਂ ਨਹੀਂ ਹੈਗੇ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਮੋਹਾਲੀ ਪੁਲਿਸ ਲਗਾਤਾਰ ਇਹਦੇ ਵਿੱਚ ਰਿਐਲਿਟੀ ਚੈੱਕ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਮੋਹਾਲੀ ਦੇ 10 ਫੇਜ਼ ਦੀ ਹੈ, 11 ਫੇਜ਼ ਜਿੰਨੇ ਵੀ ਕੋਚਿੰਗ ਸੈਂਟਰ ਹੈ ਉੱਥੇ ਇਹ ਪੂਰਾ ਰਿਐਲਿਟੀ ਚੈੱਕ ਕੀਤਾ ਜਾ ਰਿਹਾ ਕਿ ਕਿਸ ਤਰ੍ਹਾਂ ਜਿਹੜੇ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਬੈਕ ਸਾਈਡ ਤੇ ਜਿਹੜਾ ਹੈਗਾ ਇੱਕ ਖਾਲੀ ਜਗ੍ਹਾ ਹੈ, ਜੇਕਰ ਕੋਈ ਬਾਈ ਚਾਂਸ ਐਮਰਜੈਂਸੀ ਹੁੰਦੀ ਹੈ ਉਹਦੇ ਵਾਸਤੇ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਨੇ, ਜ਼ਿਆਦਾ ਫਾਇਰ ਦੀ ਜਿਹੜੀ ਹੈਗੀ ਇਕਵਿਪਮੈਂਟਸ ਹੈਗੇ ਨਹੀਂ ਹੈਗੇ, ਇਹ ਸਾਰੀ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਪੂਰਾ ਪੁਲਿਸ ਲਗਾਤਾਰ ਇਹਦੇ ਵਿੱਚ ਜਿਹੜੀ ਹੈਗੀ ਚੈੱਕ ਕਰਦੀ ਨਜ਼ਰ ਆ ਰਹੀ। ਸਾਡੇ ਨਾਲ ਸੀਨੀਅਰ ਆਫਿਸਰ ਨੇ, ਡਿਪਟੀ ਸਾਹਿਬ, ਕਿਉਂਕਿ ਦਿੱਲੀ ਚ ਅਨਫੋਰਚੁਨੇਟ ਜਿਹੜਾ ਵੀ ਇਹ ਚੀਜ਼ਾਂ ਹੋਈ ਹੈ, ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਖਾਸ ਤੌਰ ਤੇ ਬੱਚਿਆਂ ਦਾ ਮਾਮਲਾ ਇਸ ਕਰਕੇ? ਬੇਸਿਕਲੀ ਬੜਾ ਅਨਫੋਰਚੁਨੇਟ ਇੰਸੀਡੈਂਟ ਹੋਇਆ ਸੀ ਦਿੱਲੀ 'ਚ, ਜਿਹਦੇ ਰਿਕਾਰਡ 'ਚ ਅਸੀਂ ਆਪਣੇ, ਉਸ ਤੋਂ ਬਾਅਦ ਅਸੀਂ ਆਪਣੇ ਵੀ ਸਾਰੇ ਜਿੰਨੇ ਵੀ ਸਾਡੇ ਕੋਲ ਸੈਂਟਰਸ ਹੈ, ਭਾਵੇਂ ਉਹ 10 ਫੇਜ਼ 11 ਫੇਜ਼ ਜਿੰਨੇ ਵੀ ਮੇਰੇ ਏਰੀਏ ਸੈਂਟਰ ਸੀਗੇ, 79 ਵਗੈਰਾ ਸਾਰੇ, 91 'ਚ ਵੀ ਅਸੀਂ ਉਹ ਸਾਰੇ ਚੈੱਕ ਕੀਤੇ ਹੈ। ਤੇ ਚੈੱਕ ਅਸੀਂ ਵੀ ਉਸ ਗੱਲ ਤੇ ਸੀ ਵੀ ਕੋਈ ਬੇਸਮੈਂਟ ਦੇ ਵਿੱਚ ਕੋਈ ਹੋਣਾ, ਪਰ ਜਿੱਦਾਂ ਇਸ ਬੱਚਿਆਂ ਦਾ ਜਿੱਦਾਂ ਬਣਿਆ ਹੋਇਆ ਇਹਨਾਂ ਦਾ ਕਲਾਸਰੂਮ ਹੀ ਹੈ, ਇਹਨਾਂ ਦੇ ਕੋਈ ਰਿਹਾਇਸ਼ ਕੋਈ ਨਹੀਂ ਹੈ ਜੀ। ਠੀਕ ਹੈ ਸਰ, ਬੇਸਿਕਲੀ ਇਹਨਾਂ ਨੇ, ਅਸੀਂ ਇਹੀ ਹੁਣ ਚੈੱਕ ਕਰ ਰਹੇ ਸੀਗੇ ਸਾਰੀਆਂ ਅੱਡ ਅੱਡ ਥਾਵਾਂ ਤੇ ਜਾ ਕੇ ਵੀ ਕੋਈ ਹੋਸਟਲ ਨਾ ਹੋਵੇ ਜਾਂ ਇਹੋ ਜਿਹੀ ਕੋਈ ਬੇਸਮੈਂਟ ਦੇ ਵਿੱਚ ਤੇ ਨਹੀਂ ਕੋਈ ਹੈ ਜਿਹਦੇ ਨਾਲ ਉਹਦੇ ਚ ਕੀ ਕਹਿੰਦੇ ਕੋਈ ਸਾਡੇ ਕੋਈ ਹਾਂ ਉਹਦੀ ਲਾਪਰਵਾਹੀ ਵੀ ਚੈੱਕ ਕਰ ਰਹੇ ਹਾਂ, ਕੋਈ ਅਨਟੂਵਰਡ ਇੰਸੀਡੈਂਟ ਸਾਡੇ ਉੱਥੇ ਨਾ ਕੋਈ ਹੋ ਜਾਵੇ। ਠੀਕ ਹੈ ਸਰ, ਕਿਸ ਤਰ੍ਹਾਂ ਦੀ ਖਾਮੀਆਂ ਜਾਂ ਫਿਰ ਕਿਸ ਤਰ੍ਹਾਂ ਉਹਨਾਂ ਨੂੰ ਜਿਹੜੇ ਵੀ ਓਨਰਸ ਨੇ ਉਹਨਾਂ ਨੂੰ ਹਦਾਇਤਾਂ ਦਿੱਤੀ ਜਾ ਰਹੀ? ਉਹਦੇ ਵਿੱਚ ਅਸੀਂ ਇਹਨਾਂ ਨੂੰ ਲਿਖਤੀ ਤੌਰ ਤੇ ਅੱਡ ਭੇਜਾਂਗੇ। ਠੀਕ ਹੈ, ਵੀ ਤਾਂ ਕਿ ਇਹ ਹੁਣ ਇਸ ਵੇਲੇ ਮੇਰੇ ਖਿਆਲ ਲੰਚ ਹੋਇਆ ਹੋਇਆ, ਬੱਚੇ ਲੰਚ ਕਰਨ ਨੂੰ ਗਏ ਆ, 2 ਵਜੇ ਤੋਂ ਬਾਅਦ 3 ਵਜੇ ਤੋਂ ਬਾਅਦ ਕਲਾਸ ਦੁਬਾਰਾ ਸ਼ੁਰੂ ਹੁੰਦੀ ਹੈ। ਠੀਕ ਹੈ, ਅਸੀਂ ਇਹ ਸਾਰੇ ਹੀ ਵੇਖ ਰਹੇ ਹਾਂ ਵੀ, ਪਰ ਇਹਨਾਂ ਦੇ ਦੱਸਣ ਮੁਤਾਬਕ ਵੀ ਇਹਨਾਂ ਕੋਲ ਲੋਕਲ ਬੰਦੇ ਹੀ ਆਉਂਦੇ ਆ। ਠੀਕ ਹੈ, ਤੇ ਮਿਸਟਰ ਲੋਕ ਜੀ ਨੇ ਸਾਨੂੰ ਦੱਸਿਆ ਵੀ ਕੀ ਕਹਿੰਦੇ ਸਾਡੇ ਕੋਲ ਲੋਕਲ ਬੰਦੇ ਆ, ਕੋਈ ਰਿਹਾਇਸ਼ ਵਾਲਾ ਨਹੀਂ ਹੈ, ਪਰ ਅਸੀਂ ਇਸ ਦੇ ਮੁੱਖ ਰੱਖਦੇ ਹੋਏ ਪੀਜੀ ਦੀ ਵੀ ਚੈਕਿੰਗ ਕਰਾਂਗੇ। ਤੇ ਡਿਪਟੀ ਸਾਹਿਬ, ਹੋਰ ਵੀ ਚੀਜ਼ਾਂ ਨੂੰ ਲੈ ਕੇ ਇਹਨਾਂ ਨੂੰ ਕੁਝ ਹਦਾਇਤਾਂ ਦਿੱਤੀ ਹੋਵੇ, ਚਾਹੇ ਉਹ ਫਾਇਰ ਐਕਸਟਿੰਗਸ਼ਰ ਦੀ ਗੱਲ ਹੋਵੇ, ਐਗਜ਼ਿਟ ਐਗਜ਼ਿਟ ਦੀ ਗੱਲ ਹੋਵੇ, ਇਹਨਾਂ ਨੂੰ ਇਹੀ ਦੱਸਿਆ ਵੀ ਫਾਇਰ ਐਕਸਟਿੰਗਸ਼ਰ ਵਗੈਰਾ ਸਾਰਾ ਕੁਝ ਜਿੰਨੀਆਂ ਵੀ ਹੋਰ ਹੈਗੀਆਂ ਉਹ ਸਾਰੀਆਂ ਦੇ ਸਾਰੇ ਤੁਸੀਂ ਆਪਣੇ ਪੂਰੇ ਪ੍ਰਬੰਧ, ਅਸੀਂ ਉਹ ਫਾਇਰ ਬ੍ਰਿਗੇਡ ਦੇ ਵੀ ਅਫਸਰਾਂ ਨੂੰ ਭੇਜਾਂਗੇ ਇਸ ਰਿਗਾਰਡ ਦੇ ਵਿੱਚ, ਜਿਹੜੇ ਕਿ ਉਹ ਇਹਨਾਂ ਦੀਆਂ ਸਾਰੀਆਂ ਉਹ ਵੇਖ ਲੈਣ ਵੀ ਕਿਤੇ ਫਾਇਰ ਹੀ ਹੋ ਜਾਂਦੀ ਹੈ, ਕੀ ਕਹਿੰਦੇ ਲੱਗ ਜਾਂਦੀ ਕਿਤੇ, ਅਤੇ ਉਹਦੇ ਰਿਗਾਰਡ ਦੇ ਵਿੱਚ ਵੀ ਇਹ ਆਪਣਾ ਪ੍ਰਬੰਧ ਪੁਖਤਾ ਕਰਕੇ ਰੱਖਣ। ਇਹਨਾਂ ਦੀ ਕੋਈ ਜਿੰਨੇ ਵੀ ਕੋਚਿੰਗ ਸੈਂਟਰ ਹੈ ਤੁਹਾਡੇ ਏਰੀਆ 'ਚ, ਉਹਨਾਂ ਦੀ ਕੋਈ ਮੀਟਿੰਗਸ ਵਗੈਰਾ ਵੀ ਤੁਸੀਂ ਬੁਲਾਓਗੇ? ਅਸੀਂ ਇਹਨਾਂ ਦੇ ਬੁੱਧਵਾਰ ਦੀ ਅਸੀਂ ਟਾਈਮ ਦਿੱਤਾ ਹੋਇਆ, ਜਿੰਨੇ ਵੀ ਕੋਚਿੰਗ ਸੈਂਟਰਸ ਹੈ ਉਹਨਾਂ ਨੂੰ ਅਸੀਂ ਆਪਣੇ, ਮੈਂ ਆਪਣੇ ਦਫ਼ਤਰ ਬੁਲਾ ਕੇ ਤਾਂ ਕਿ ਉਹਨਾਂ ਦੀਆਂ ਇੰਸਟਰਕਸ਼ਨਾਂ ਬੜੀਆਂ ਕਲੀਅਰ ਕਰਕੇ ਦੱਸਦੇ ਹਾਂ, ਕੋਈ ਕਿਉਂਕਿ ਬੜੀ ਮਾੜੀ ਘਟਨਾ ਹੋਈ ਹੈ, ਬੱਚਾ ਆਪਣੇ ਸਾਰੀ ਉਮਰ ਜਿਹੜੇ ਪੇਰੈਂਟਸ ਹੁੰਦੇ ਹੈ ਪਾਲ ਪੋਸ ਕੇ ਵੱਡਾ ਬੱਚਾ ਤਿਆਰ ਕਰਦੇ ਹੈ, ਅਤੇ ਉਹਦੇ ਨਾਲ ਕਿਤੇ ਐਵੇਂ ਨਿੱਕੀ ਜਿਹੀ ਕਿਸੇ ਦੀ ਅਣਗਹਿਲੀ ਕਾਰਨ ਕਿਸੇ ਦੀ ਬੱਚੇ ਦੀ ਮੌਤ ਹੋ ਜਾਵੇ, ਉਸ ਗੱਲ ਨੂੰ ਬੜਾ ਧਿਆਨ 'ਚ ਰੱਖਣਾ।
ਤੇ ਬਹੁਤ ਜ਼ਰੂਰੀ ਹੈ ਜਿੱਦਾਂ ਸਰ ਨੇ ਵੀ ਕਿਹਾ ਕਿ ਬਹੁਤ ਸਰ ਜਿੱਦਾਂ ਸਰ ਨੇ ਕਿਹਾ ਕਈ ਚੀਜ਼ਾਂ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੀ ਪ੍ਰੀਕੋਸ਼ਨਸ ਲੈ ਰਹੇ ਹੋ ਸਾਵਧਾਨੀ ਸਰ ਯਹਾਂ ਪੇ ਇੱਕ ਮੇਰੇ ਕਲਾਸ ਮੇ ਤੋ ਛੋਟੇ ਬੱਚੇ ਹੀ ਰੱਖਤੇ ਹੈ ਔਰ ਮੈਨੇ ਛੋਟਾ ਬੈਚ ਰੱਖਤੇ ਹੈ ਮਤਲਬ ਕਿ ਇੱਕ ਬੈਚ ਮੇ ਮੈਕਸੀਮਮ ਹੈ ਸੋ 10 ਬੱਚੇ ਰਹਤੇ ਹੈ ਔਰ ਕਾਫੀ ਸੇਫਟੀ ਕਾ ਹਮ ਲੋਗ ਖਿਆਲ ਰੱਖਤੇ ਹੈ ਔਰ ਯਹਾਂ ਪੇ ਜੋ ਵੀ ਹੈ ਰੈਜੀਡੈਂਸ਼ੀਅਲ ਕੁਛ ਨਹੀਂ ਹੈ ਸੋ ਲੋਕਲ ਬੱਚੇ ਹੈ ਲੇਕਿਨ ਸਰ ਐਗਜ਼ਿਟ ਔਰ ਐਂਟਰ ਇੱਕ ਹੀ ਹੈ ਹਾਂ ਇੱਕ ਹੀ ਹੈ ਸਰ ਤੋ ਉਸਕੋ ਕੈਸੇ ਸੇ ਹੈਂਡਲ ਕਰ ਰਹੇ ਹੋ ਸਰ ਯਹਾਂ ਪੇ ਕੋਈ ਦਿੱਕਤ ਨਹੀਂ ਹੁੰਦੀ ਕਿਉਂਕਿ ਇੱਕ ਕਲਾਸ ਇੱਕ ਵਾਰ ਮੇ ਚਲਤੀ ਹੈ ਇੱਕ ਵਾਰ ਜੋ ਖਤਮ ਹੋ ਗਈ ਫਿਰ ਉਹ ਨੀਚੇ ਚਲੀ ਜਾਂਦੀ ਫਿਰ ਉੱਪਰ ਜਾਂਦੀ ਹੈ ਤੋ 8-10 ਬੱਚੇ ਹੈ ਤੋ ਕੋਈ ਦਿੱਕਤ ਨਹੀਂ ਆਉਂਦੀ ਤਾਂ ਬਿਲਕੁਲ ਪੁਲਿਸ ਵੱਲੋਂ ਲਗਾਤਾਰ ਜਿਹੜਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹਦੇ ਵਿੱਚ ਕਈ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਡਿਪਟੀ ਸਾਹਿਬ ਕਿਉਂਕਿ ਜਿੱਦਾਂ ਤੁਸੀਂ ਵੀ ਦੱਸਿਆ ਕਿ ਅਨਫੋਰਚੁਨੇਟ ਹੋਇਆ ਤੇ ਕਿਤੇ ਕਈ ਖਾਮੀਆਂ ਪਾਈ ਗਈ ਉਹਦੇ ਖਿਲਾਫ ਮਾਮਲਾ ਦਰਜ ਜਾਂ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਉਹ ਜੋ ਜੇਕਰ ਸਾਡੇ ਕੋਈ ਵੀ ਗੱਲ ਇਹੋ ਜਿਹੀ ਧਿਆਨ ਚ ਆਈ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ।